ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ 90ਵੀਂ ਇੰਟਰਪੋਲ ਮਹਾਸਭਾ ਦਾ ਉਦਘਾਟਨ ਕੀਤਾ ਮਹਾਸਭਾ ਦੀ ਇਹ ਮੀਟਿੰਗ 21 ਅਕਤੂਬਰ ਤੱਕ ਚੱਲੇਗੀ ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇੰਟਰਪੋਲ ਦੇ ਪ੍ਰਧਾਨ ਅਹਿਮਦ ਨਾਸਰ ਅਲਰਾਇਸੀ ਸੱਤਰ ਜਨਰਲ ਜਰਗੇਨ ਸਟਾਕ ਅਤੇ ਸੀਬੀਆਈ ਡਾਇਰੈਕਟਰ ਵੀ ਮੌਜੂਦ ਰਹੇ ਇਸ ਵਿੱਚ ਇੰਟਰਪੋਲ ਮहासਭਾ ਦੇ 195 ਮੈਂਬਰ ਦੇਸ਼ਾਂ ਦੇ ਮੰਤਰੀ, ਪੁਲਿਸ ਮੁਖੀ, ਕੌਮੀ ਪੱਧਰ ਦੇ ਬਿਊਰੋ ਮੁਖੀ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਵਫ਼ਦ ਮੈਂਬਰ ਹਿੱਸਾ ਲੈ ਰਹੇ ਨੇ। ਮहासਭਾ ਇੰਟਰਪੋਲ ਦੀ ਸਰਵਉੱਚ ਗਵਰਨਿੰਗ ਬਾਡੀ ਏ ਤੇ ਕੰਮਕਾਜ ਨਾਲ ਸੰਬੰਧਿਤ ਮਹੱਤਵਪੂਰਨ ਫੈਸਲੇ ਲੈਣ ਲਈ ਸਾਲ ਵਿੱਚ ਇੱਕ ਵਾਰ ਮੀਟਿੰਗ ਕਰਦੀ ਏ। ਕਰੀਬ 25 ਸਾਲਾਂ ਦੇ ਵਕਫੇ ਤੋਂ ਬਾਅਦ ਭਾਰਤ ਵਿੱਚ ਇੰਟਰਪੋਲ ਮहासਭਾ ਦੀ ਮੀਟਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ ਇਹ ਮੀਟਿੰਗ ਸਾਲ 1997 ਵਿੱਚ ਹੋਈ ਸੀ। ਕੇਂਦਰੀ ਕੈਬਨਿਟ ਨੇ ਸਾਲ 2023-24 ਦੇ ਫਸਲਾਂ ਦੇ ਹਾੜੀ ਸੀਜ਼ਨ ਲਈ ਘੱਟੋ-ਘੱਟ ਸਮਰਥਨ ਮੁੱਲ ਯਾਨੀ ਐਮਐਸਪੀ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਹਾੜੀ ਦੀਆਂ 6 ਫਸਲਾਂ ਦਾ ਐਮਐਸਪੀ ਤੈਅ ਕੀਤਾ ਗਿਆ ਹੈ। ਕੈਬਨਿਟ ਦੇ ਫੈਸਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਦੱਸਿਆ ਕਿ ਕੈਬਨਿਟ ਨੇ ਕਿਸਾਨਾਂ ਦੇ ਹਿੱਤ ਵਿੱਚ ਕਈ ਅਹਿਮ ਫੈਸਲੇ ਲਾਏ ਨੇ। ਉਨਾ ਕਹ ਕੇ ਕਣਕ ਦੇ ਐਮਐਸਪੀ ਵਿੱਚ 110 ਰੁਪਏ ਦਾ ਵਾਅਦਾ ਕੀਤਾ ਗਿਆ ਏ ਤੇ ਹੁਣ ਕਣਕ ਦਾ ਐਮਐਸਪੀ 2125 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਏ ਜੋ ਦੇ ਐਮਐਸਪੀ ਵਿੱਚ 100 ਰੁਪਏ ਪ੍ਰਤੀ ਕੁਇੰਟਲ ਦੇ ਵਾਅਦੇ ਨਾਲ ਹੁਣ ਇਹ 1735 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਏ ਇਸੇ ਤਰ੍ਹਾਂ ਛੋਲਿਆਂ ਦੇ ਐਮਐਸਪੀ ਵਿੱਚ 105 ਰੁਪਏ ਦੇ ਵਾਅਦੇ ਨਾਲ ਹੁਣ 5335 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਏ ਮਸਰਦੀ ਦਾਲ ਦਾ ਐਮਐਸਪੀ 500 ਰੁਪਏ ਪ੍ਰਤੀ ਕੁਇੰਟਲ ਵਧਾਇਆ ਗਿਆ ਏ ਜਿਹੜਾ ਹੁਣ 6000 ਰੁਪਏ ਹੋ ਗਿਆ ਏ 209 روپے ਦੇ ਵਾਅਦੇ ਨਾਲ ਕਸੁੰਬੇ ਦੇ ਤੇਲ ਦੀ ਕੀਮਤ 5650 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਅਨੁਰਾਗ ਸਿੰਘ ਠਾਕੁਰ ਨੇ ਦੱਸਿਆ ਕਿ ਐਮਐਸਪੀ ਡੇਢ ਗੁਣਾ ਤੋਂ ਵਧ ਰੱਖੀ ਗਈ ਹੈ ਤੇ ਦੇਸ਼ ਵਿੱਚ ਖਾਣ ਵਾਲੀਆਂ ਵਸਤਾਂ ਦਾ ਘਰੇਲੂ ਉਤਪਾਦਨ ਲਗਾਤਾਰ ਵਧ ਰਿਹਾ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੌਮੀ ਖੁਰਾਕ ਸੁਰੱਖਿਆ ਕਾਨੂੰਨ ਅਤੇ ਇਸ ਵਰਗੀਆਂ ਹੋਰ ਯੋਜਨਾਵਾਂ ਸਮੇਤ ਪ੍ਰਧਾਨ ਮੰਤਰੀ ਗਰੀਬ ਕਲਿਆਣ ਆਨ ਯੋਜਨਾ ਦੀਆਂ ਵਾਧੂ ਲੋੜਾਂ ਪੂਰੀਆਂ ਕਰਨ ਲਈ ਕੇਂਦਰੀ ਪੂਲ ਵਿੱਚ ਲੋੜੀਂਦਾ ਸਟਾਕ ਉਪਲਬਧ ਦੇ ਖਪਤਕਾਰ ਮਾਮਲੇ ਖੁਰਾਕ ਅਤੇ ਜਨਤਕ ਵੰਡ ਮੰਤਰਾਲਾ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਬੀਤੇ 1 ਅਕਤੂਬਰ ਤੱਕ ਕੇਂਦਰੀ ਪੂਲ ਵਿੱਚ ਤਕਰੀਬਨ 227 ਲੱਖ ਮੀਟ੍ਰਿਕ ਟਨ ਕਣਕ ਅਤੇ 205 ਲੱਖ ਮੀਟ੍ਰਿਕ ਟਨ ਚੌਲ ਉਪਲਬਧ ਸਨ ਜਿਹੜੇ ਕਿ ਬਫਰ ਸਟਾਕ ਤੋਂ ਬਹੁਤ ਉੱਪਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਦੇ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 12ਵੀਂ ਕਿਸ਼ਤ ਦੀ ਰਕਮ ਟਰਾਂਸਫਰ ਕੀਤੀ ਗਈ ਹੈ। ਇਹ ਰਕਮ ਮਿਲਣ ਤੇ ਕਿਸਾਨ ਬੇहद ਖੁਸ਼ ਨੇ ਤੇ ਇਸ ਨੂੰ ਦੀਵਾਲੀ ਦਾ ਤੋਹਫਾ ਦੱਸਦਿਆਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰ ਰਹੇ ਨੇ। ਜਲੰਧਰ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੇ ਸਾਡੇ ਨੁਮਾਇੰਦੇ ਸਤੰਤਰ ਕੁਮਾਰ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ ਜਿਹੜਾ 2-2000 ਰੁਪਏ ਸਾਨੂੰ ਭੇਜਿਆ ਅਸੀਂ ਉਹਦਾ ਬਹੁਤ ਧੰਨਵਾਦ ਕਰਦੇ ਆ ਅੱਗੇ ਤੋਂ ਪਹਿਲੇ ਤੋਂ ਕਿਸੇ ਪ੍ਰਧਾਨ ਮੰਤਰੀ ਨੇ ਸਾਨੂੰ ਪੈਸੇ ਨਹੀਂ ਭੇਜੇ ਸੀ ਹੁਣ ਇਸ ਪ੍ਰਧਾਨ ਮੰਤਰੀ ਨੇ ਸਾਨੂੰ ਪੈਸੇ ਭੇਜੇ ਆ ਅਸੀਂ ਇਹ ਧੰਨਵਾਦ ਕਰਦੇ ਆ ਸਕੀਮ ਚਲਾਈ ਜਿਹਦੇ ਇਹਨੂੰ ਲਿਆ ਬਹੁਤ ਵੱਡਾ ਵਧੀਆ ਫੈਸਲਾ ਆ ਜਿਹੜਾ ਇੱਕ ਰਾਸ਼ਟਰ ਇੱਕ ਦੇਸ਼ ਦੇ ਤਹਿਤ ਇੱਕ ਸਮਰਧੀ ਯੋਜਨਾ ਖਾਦ ਦਾ ਕੀਤਾ ਹੈਗਾ ਆ ਪਰ ਅਸੀਂ ਇਹ ਕਹਾਂਗੇ ਇੱਥੇ ਕਹਿਣਾ ਜ਼ਰੂਰ ਚਾਹਾਂਗੇ ਕਿ ਜਿੱਦਾਂ ਪਹਿਲਾਂ ਚੱਲਦਾ ਹੈਗਾ ਉਦਾਂ ਚਲਾਈ ਜਣ ਪਰ ਇਹਨੂੰ ਮਜ਼ਬੂਤ ਕਰਨ ਇਸ ਚੀਜ਼ ਨੂੰ ਕਿ ਜਿਹੜੀ ਖਾਦ ਆ ਜਾਦ ਦਵਾਈਆਂ ਆ ਇਸ ਸਮੇਂ ਸਮੇਂ ਸਰ ਕਿਸਾਨਾਂ ਨੂੰ ਸਸਤੇ ਰੇਟ ਤੇ ਮਿਲਦੀਆਂ ਰਹਿਣ ਯੋਜਨਾ ਚਲਾਈ ਆ ਪ੍ਰਧਾਨ ਮੰਤਰੀ ਨੇ 2000 ਵਾਲੀ ਉਹ ਹੈਦ ਵਧੀਆ ਪਰ ਇਹ ਹੈ ਘਟਿਆ ਇਹ ਚਾਰਜ ਆ 5000 ਰੁਪਿਆ ਕਰਨੀ ਚਾਹੀਦੀ ਆ ਸੀਮਾ ਸੁਰੱਖਿਆ ਬਲ ਨੇ ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਛੰਨਾ ਪਿੰਡ ਦੇ ਇਲਾਕੇ ਵਿੱਚ ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਓਂ ਦਾਖਲ ਹੋਏ ਇੱਕ ਡਰੋਨ ਨੂੰ ਡੇਗ ਲਿਆ ਬਲਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਦੋਂ ਡਰੋਨ ਦਾਖਲ ਹੋਇਆ ਤਾਂ ਜਵਾਨਾਂ ਨੇ ਉਸ ਵੱਲ ਫਾਇਰਿੰਗ ਕੀਤੀ ਜਿਸ ਤੇ ਇਹ ਡਿੱਗ ਗਿਆ ਇਹ ਡਰੋਨ ਡੀਜੀਆਈ ਮੈਟ੍ਰਿਕਸ ਮੇਕ 4 ਕਾਪਟਰ ਸੀ ਤੇ ਇਸ ਨਾਲ ਪੋਲੀਥੀਨ ਦੀ ਇੱਕ ਥੈਲੀ ਵਿੱਚ ਤਕਰੀਬਨ 2.5 ਕਿਲੋ ਸ਼ੱਕੀ ਨਸ਼ੀਲੀਆਂ ਵਸਤਾਂ ਬੰਨੀਆਂ ਹੋਈਆਂ ਸਨ ਸੀਮਾ ਸੁਰੱਖਿਆ ਬਲਵਲੋਂ ਪੁਲਿਸ ਨਾਲ ਮਿਲ ਕੇ ਅੱਗੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਬੀਤੇ 4 ਦਿਨਾਂ ਦੌਰਾਨ ਪਾਕਿਸਤਾਨੀ ਡਰੋਨ ਨੂੰ ਡੇਗਣ ਦਾ ਇਹ ਤੀਜਾ ਮੌਕਾ ਹੈ ਕੌਮੀ ਜਾਂਚ ਏਜੰਸੀ NIA ਨੇ ਦਿੱਲੀ ਸਮੇਤ ਪੰਜਾਬ ਵਿੱਚ ਅੱਜ ਵੱਖ-ਵੱਖ ਥਾਈ ਗੈਂਗਸਟਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਏ ਬਠਿੰਡਾ ਵਿੱਚ NIA ਦੀ ਟੀਮ ਨੇ ਕਬੱਡੀ ਦੇ ਪ੍ਰਮੋਟਰ ਜੱਗਾ ਜੰਡੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਇਸੇ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਪੱਤਣ ਇਲਾਕੇ ਵਿੱਚ ਲਖਬੀਰ ਸਿੰਘ ਲੰਡਾ ਦੇ ਟਿਕਾਣਿਆਂ ਤੇ ਛਾਪਾ ਮਾਰਿਆ ਗਿਆ ਏਜੰਸੀ ਵੱਲੋਂ ਫਿਲਹਾਲ ਇਸ ਸੰਬੰਧੀ ਬਿਉਰਾ ਨਹੀਂ ਦਿੱਤਾ ਗਿਆ ਏ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕਾਰੇ ਨਿਊ ਡੀਡੀਕੇ ਜਲੰਧਰ ਦੇ YouTube ਚੈਨਲ Facebook ਪੇਜ ਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਤੇ ਅਜੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਆ ਗਿਆ ਦਿਓ ਨਮਸਕਾਰ